गुड मॉर्निंग स्टूडेंट, आज इसी करेंगे बेटा लेसन 7, मित्र दी पहचान। मित्र दी पहचान, ये मित्र दी पहचान भी सच्चा मित्र केड़ा होंगे वो दी पहचान जी है मुसीबत वेले होंगी है। ठीक है, हुण इहदी स्टोरी है। एक जंगल विच एक हिरन रहिंदा सी, कां उसका एक मित्र सी। ओह दोवें पक्के दोस्त सी। ओह सवेरे निकलदे अपनी भुख मिटाउण लई कुछ इधरों उधरों लै के खा के, ते शाम नूं जिहड़ा सी ਉਹ ਵਾਪਸ ਆ ਜਾਂਦੇ, ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਅਤੇ ਫਿਰ ਸੁੱਖ ਸ਼ਾਂਤੀ ਨਾਲ ਸੌਂ ਜਾਂਦੇ। ਇੱਕ ਦਿਨ ਹੀਰਨ ਆਪਣੇ ਆਪਣੇ ਭੋਜਨ ਦੀ ਭਾਲ ਵਿੱਚ ਜੰਗਲ ਵਿੱਚ ਫਿਰ ਰਿਹਾ ਸੀ ਤਾਂ ਉਸ ਨੂੰ ਦੂਰੋਂ ਹੀ ਗਿੱਦੜ ਆਉਂਦਾ ਹੋਇਆ ਨਜ਼ਰ ਆਇਆ। ਤਾਂ ਉਸ ਨੇ ਗਿੱਦੜ ਨੂੰ ਕਿਹਾ ਕਿ ਤੂੰ ਇੱਧਰ ਕਿੱਧਰ ਆ ਰਿਹਾ ਹੈ। ਤਾਂ ਉਸ ਨੇ ਉਹਨੂੰ ਕੁਛ ਬੋਲ ਕੁ ਬੋਲ ਬੋਲੇ ਤਾਂ ਗਿੱਦੜ ਬੜਾ ਮੀਸਣਾ ਬਣ ਕੇ ਬੋਲਿਆ ਕਿ ਸੱਜਣਾ, ਤੂੰ ਮੈਨੂੰ ਐਵੇਂ ਗਲਤ ਨਾ ਬੋਲ, ਮੈਂ ਤਾਂ ਇਸ ਜੰਗਲ ਵਿੱਚ ਨਵਾਂ ਹਾਂ, ਮੈਂ ਤਾਂ ਪਰਦੇਸੀ ਹਾਂ ਅਤੇ ਤੂੰ ਤਾਂ ਮੈਨੂੰ ਦੂਰੋਂ ਹੀ ਨਫ਼ਰਤ ਕਰ ਰਿਹਾ ਹੈ। ਹੀਰਨ ਨੇ ਫਿਰ ਕਿਹਾ, ਠੀਕ ਹੈ ਤੂੰ ਪਰਦੇਸੀ ਹੈ ਪਰ ਹੈ ਤਾਂ ਤੂੰ ਸਾਡਾ ਦੁਸ਼ਮਣ ਹੀ, ਤੂੰ ਮਾਸ ਖਾਣ ਵਾਲਾ ਹੈ ਅਤੇ ਸਾਨੂੰ ਧੋਖਾ ਦਿੰਦਾ ਹੈ। ਮੀਸਣੇ ਗਿੱਦੜ ਨੇ ਕਿਹਾ, ਰਾਮ ਰਾਮ ਭਰਾਵਾ, ਮੈਂ ਤਾਂ ਗਿੱਦੜ ਮਾਸ ਖਾਣਾ ਕਦੋਂ ਦਾ ਛੱਡਤਾ, ਮੈਂ ਤਾਂ ਫਲ ਫੁੱਲ ਖਾਂਦਾ। ਹੀਰਨ ਨੇ ਗਿੱਦੜ ਦੀਆਂ ਨੂੰ ਬਹੁਤ ਵਾਰ ਜਵਾਬ ਦਿੱਤਾ ਪਰ ਗਿੱਦੜ ਨੇ ਉਹਨੂੰ ਵਾਰੀ ਵਾਰੀ ਆਪਣੀਆਂ ਗੱਲਾਂ ਕਰਕੇ ਗੱਲਾਂ ਵਿੱਚ ਲਾ ਲਿਆ ਅਤੇ ਹੀਰਨ ਜਿਹੜਾ ਸੀ ਉਹਦੀਆਂ ਗੱਲਾਂ ਵਿੱਚ ਆ ਗਿਆ। ਅਤੇ ਫਿਰ ਉਹ ਉਹਨੂੰ ਕਹਿੰਦਾ ਵੀ ਇਸ ਜੰਗਲ ਵਿੱਚ ਮੈਂ ਤਾਂ ਪਰਦੇਸੀ ਹਾਂ, ਮੇਰਾ ਤਾਂ ਕੋਈ ਥਾਂ ਟਿਕਾਣਾ ਨਹੀਂ ਰਹਿਣ ਦਾ, ਇਸ ਕਰਕੇ ਤੂੰ ਮੈਨੂੰ ਆਪਣੇ ਘਰ ਲੈ ਜਾ। ਤਾਂ ਜਿਹੜਾ ਹੀਰਨ ਹੁੰਦਾ ਉਹ ਭੋਲਾ ਭਾਲਾ ਉਹਨੂੰ ਸ਼ਾਮ ਨੂੰ ਆਪਣੇ ਘਰ ਲੈ ਜਾਂਦਾ, ਆਪਣੇ ਟਿਕਾਣੇ 'ਤੇ ਲੈ ਆਉਂਦਾ। ਕਾਂ ਦੂਰੋਂ ਹੀ ਉਸ ਨੂੰ ਦੇਖ ਕੇ ਗਿੱਦੜ ਨੂੰ ਕਹਿੰਦਾ ਕਿ ਤੂੰ ਇਹਨੂੰ ਕਿੱਥੇ ਲੈ ਕੇ ਆ ਗਿਆ, ਇਹ ਤਾਂ ਆਪਣਾ ਦੁਸ਼ਮਣ ਹੈ। ਗਿੱਦੜ ਬੋਲਿਆ, ਹੀਰਨ ਭਰਾਵਾ, ਇਹ ਤਾਂ ਮੇਰੀ ਬੜੀ ਬੇਇੱਜ਼ਤੀ ਹੈ, ਇਸ ਤਰ੍ਹਾਂ ਤਾਂ ਮੈਂ ਬੇਇੱਜ਼ਤੀ ਨਹੀਂ ਕਰਵਾ ਸਕਦਾ। ਹੀਰਨ ਨੇ ਕਾਂ ਨੂੰ ਕਿਹਾ ਕਿ ਨਹੀਂ ਗੱਲ ਸੁਣ, ਇਹ ਬੜਾ ਅੱਛਾ ਹੈ, ਚੰਗਾ ਹੈ ਅਤੇ ਇਹ ਮੇਰਾ ਮਿੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਹੁਣ ਤੋਂ ਸਾਡੇ ਨਾਲ ਹੀ ਰਹੇਗਾ। ਕਾਂ ਨੇ ਹੀਰਨ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੀਰਨ ਜਿਹੜਾ ਸੀ ਉਹ ਨਹੀਂ ਸਮਝਿਆ। ਉਸਨੇ ਗਿੱਦੜ ਨੂੰ ਆਪਣੇ ਨਾਲ ਹੀ ਆਪਣੇ ਘਰ ਜਿਹੜਾ ਸੀ ਉਹ ਰੱਖ ਲਿਆ। ਠੀਕ ਹੈ, ਤਾਂ ਫਿਰ ਉਹ ਗਿੱਦੜ ਜਿਹੜਾ ਸੀ ਉਹ ਹੀਰਨ ਦੇ ਨਾਲ ਰਹਿਣ ਲੱਗਾ। ਤਿੰਨੋਂ ਸਵੇਰੇ ਉੱਠਦੇ ਆਪਣਾ ਖਾਣਾ ਪੀਣਾ ਦੇਖਣ ਵਾਸਤੇ ਜੰਗਲ ਵਿੱਚ ਚਲੇ ਜਾਂਦੇ ਅਤੇ ਸ਼ਾਮ ਨੂੰ ਆ ਕੇ ਆਪਣਾ ਆਪਣਾ ਸੋ ਜਾਂਦੇ। ਜਦੋਂ ਕਈ ਦਿਨ ਲੰਘ ਗਏ ਤਾਂ ਹੁਣ ਗਿੱਦੜ ਨੂੰ ਲੱਗਿਆ ਵੀ ਹੀਰਨ ਨੂੰ ਮੇਰੇ 'ਤੇ ਵਿਸ਼ਵਾਸ ਹੋ ਗਿਆ, ਤਾਂ ਉਹ ਉਸ ਨੂੰ ਨਾਲ ਲੈ ਕੇ ਅਤੇ ਉਹਨੂੰ ਕਹਿੰਦਾ ਵੀ ਤੂੰ ਬਹੁਤ ਕਮਜ਼ੋਰ ਹੋ ਗਿਆ, ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਕਹਿੰਦਾ ਤੂੰ ਬਹੁਤ ਕਮਜ਼ੋਰ ਹੋ ਗਿਆ, ਚੱਲ ਤੈਨੂੰ ਮੈਂ ਇੱਕ ਕਿਸਾਨ ਦਾ ਵਧੀਆ ਖੇਤ ਦਿਖਾਉਣਾ, ਉੱਥੇ ਵਧੀਆ ਵਧੀਆ ਸਬਜ਼ੀਆਂ ਵਧੀਆ ਵਧੀਆ ਫਲ ਫੁੱਲ ਨੇ ਤੂੰ ਉਹ ਖਾਈ। ਉਹਨੂੰ ਆਪਦੇ ਨਾਲ ਕਿਸਾਨ ਦੇ ਖੇਤ ਲੈ ਗਿਆ। ਇੱਕ ਦੋ ਦਿਨ ਤਾਂ ਕਿਸਾਨ ਦਾ ਜਦੋਂ ਖੇਤ ਖਾਧਾ ਦਿਖਦਾ ਤਾਂ ਕਿਸਾਨ ਬੜਾ ਪਰੇਸ਼ਾਨ ਹੋ ਗਿਆ ਵੀ ਮੇਰੇ ਖੇਤ ਵਿੱਚ ਕਿਹੜਾ ਜਾਨਵਰ ਹੈ ਜਿਹੜਾ ਸਾਰਾ ਮੇਰੀ ਫਸਲ ਨੂੰ ਖਰਾਬ ਕਰ ਰਿਹਾ। ਤਾਂ ਦੂਸਰੇ ਤੀਸਰੇ ਦਿਨ ਫਿਰ ਉਹਨੇ ਉੱਥੇ ਜਾਲ ਲਾ ਦਿੱਤਾ। ਠੀਕ ਹੈ, ਤਾਂ ਹੀਰਨ ਬਹੁਤ ਖੁਸ਼ ਹੋਇਆ, ਉਹਨੂੰ ਪਤਾ ਲੱਗ ਗਿਆ ਕਿ ਹੁਣ ਇੱਥੇ ਜਾਲ ਲੱਗ ਗਿਆ। ਅਤੇ ਜਿਹੜਾ ਗਿੱਦੜ ਬਹੁਤ ਖੁਸ਼ ਹੋਇਆ ਸੋਰੀ ਗਿੱਦੜ ਬਹੁਤ ਖੁਸ਼ ਹੋਇਆ, ਉਹਨੂੰ ਲੱਗਿਆ ਕਿ ਹੁਣ ਇੱਥੇ ਜਾਲ ਲੱਗ ਗਿਆ ਅਤੇ ਹੀਰਨ ਜਾਲ ਵਿੱਚ ਫਸ ਜਾਏਗਾ। ਠੀਕ ਹੈ, ਤਾਂ ਜਦੋਂ ਹੀ ਹੀਰਨ ਆਇਆ ਉਹਨੇ ਚਰਨਾ ਸ਼ੁਰੂ ਕੀਤਾ, ਉਹ ਜਾਲ ਵਿੱਚ ਫਸ ਗਿਆ, ਉੱਤੋਂ ਹੀ ਗਿੱਦੜ ਆ ਗਿਆ। ਤਾਂ ਹੀਰਨ ਗਿੱਦੜ ਨੂੰ ਦੇਖ ਕੇ ਬਹੁਤ ਖੁਸ਼ ਹੋਇਆ, ਉਹਨੇ ਸੋਚਿਆ ਵੀ ਮੇਰਾ ਦੋਸਤ ਆ ਗਿਆ, ਇਹ ਮੈਨੂੰ ਬਚਾਏਗਾ। ਪਰ ਜਿਹੜਾ ਗਿੱਦੜ ਸੀ ਉਹ ਤਾਂ ਵੈਸੇ ਹੀ ਮੀਸਣਾ ਸੀ, ਉਹ ਤਾਂ ਵੈਸੇ ਹੀ ਚਲਾਕ ਸੀ, ਉਹਨੂੰ ਖਾਣਾ ਚਾਹੁੰਦਾ ਸੀ। ਉਹਨੇ ਕਿਹਾ ਵੀ ਮੇਰਾ ਤਾਂ ਅੱਜ ਮੰਗਲਵਾਰ ਦਾ ਵਰਤ ਹੈ ਅਤੇ ਮੈਂ ਚੰਮ ਨੂੰ ਤਾਂ ਮੂੰਹ ਨਹੀਂ ਲਾਉਂਦਾ, ਇਸ ਕਰਕੇ ਜਾਲ ਮੈਂ ਤਾਂ ਕੱਟ ਨਹੀਂ ਸਕਦਾ। ਤਾਂ ਫਿਰ ਇਹ ਗੱਲ ਹੀਰਨ ਦੇ ਸਮਝ ਵਿੱਚ ਆ ਗਈ ਕਿ ਤੇਰਾ ਦੋਸਤ ਤਾਂ ਮੁਸੀਬਤ ਵਿੱਚ ਹੈ ਔਰ ਤੈਨੂੰ ਵਰਤਦੀ ਪਈ ਹੋਈ ਹੈ। ਉਹਨੂੰ ਲੱਗਿਆ ਕਿ ਹੁਣ ਤਾਂ ਮੈਂ ਮਾਰੀ ਜਾਣਾ, ਹੁਣ ਤਾਂ ਕਿਸਾਨ ਨੇ ਆ ਕੇ ਮੈਨੂੰ ਮਾਰ ਹੀ ਦੇਣਾ। ਕਾਫੀ ਟਾਈਮ ਟੱਪ ਗਿਆ, ਸ਼ਾਮ ਦਾ ਸਮਾਂ ਹੋ ਗਿਆ ਪਰ ਕਿਸਾਨ ਹਜੇ ਤੱਕ ਖੇਤ ਵਿੱਚ ਨਹੀਂ ਸੀ ਆਇਆ। ਤਾਂ ਕਾਂ ਨੇ ਉੱਧਰ ਸੋਚਿਆ ਕਿ ਅਜੇ ਤੱਕ ਹੀਰਨ ਵਾਪਸ ਨਹੀਂ ਆਇਆ, ਉਹਨੂੰ ਤਾਂ ਸਮਝ ਆ ਗਿਆ ਕਿ ਗਿੱਦੜ ਨੇ ਉਹਨੂੰ ਕਿਤੇ ਨਾ ਕਿਤੇ ਫਸਾ ਤਾ। ਤਾਂ ਉਹਨੂੰ ਲੱਭਣ ਵਾਸਤੇ, ਹੀਰਨ ਨੂੰ ਲੱਭਣ ਵਾਸਤੇ ਘਰੋਂ ਨਿਕਲ ਜਾਂਦਾ ਆਪਣੇ। ਤਾਂ ਬਾਅਦ ਵਿੱਚ ਬੜੀ ਦੇਰ ਲੱਭਣ ਤੋਂ ਬਾਅਦ ਉਹਨੂੰ ਹੀਰਨ ਜਿਹੜਾ ਉਹ ਕਿਸਾਨ ਦੇ ਖੇਤ ਵਿੱਚ ਲੱਭ ਜਾਂਦਾ ਹੈ। ਫਿਰ ਉਹ ਉੱਥੇ ਜਾ ਕੇ ਕਾਂ ਹੀਰਨ ਨੂੰ ਕਹਿੰਦਾ ਹੈ ਕਿ ਹੁਣ ਤੈਨੂੰ ਸਮਝ ਆਈ ਹੈ ਨਾ ਇਹਦੀ ਕਿ ਇਹ ਕਿੰਨਾ ਗੰਦਾ ਹੈ, ਕਦੀ ਵੀ ਜਿਹੜਾ ਧੋਖੇਬਾਜ਼ ਹੁੰਦਾ ਉਹ ਚੰਗਾ ਨਹੀਂ ਬਣ ਸਕਦਾ। ਹੀਰਨ ਨੇ ਕਿਹਾ, ਕੋਈ ਨਹੀਂ ਮਿੱਤਰਾ, ਫਿਰ ਹੁਣ ਐਵੇਂ ਹੀ ਸੀ ਵੀ ਜੇ ਐਵੇਂ ਹੀ ਲਿਖਿਆ ਤਾਂ ਜੋ ਭਾਗਾਂ ਵਿੱਚ ਲਿਖਿਆ ਉਹੀ ਮਿਲਣਾ। ਐਵੇਂ ਕਹਿ ਕੇ ਹੀਰਨ ਚੁੱਪ ਕਰ ਗਿਆ। ਕਾਂ ਨੇ ਕਿਹਾ, ਪਰ ਮੈਂ ਤੈਨੂੰ ਮੇਰੇ ਦੋਸਤ, ਮੈਂ ਤੈਨੂੰ ਕੁਛ ਵੀ ਨਹੀਂ ਹੋਣ ਦੇਣਾ। ਫਿਰ ਉਹ ਉਹਦੇ ਕੰਨ ਵਿੱਚ ਇੱਕ ਗੱਲ ਕਹਿੰਦਾ
तो फिर आप उन्होंने कहता कि जो किसान आएगा मैं तेनों आवाज़ दे दाँगा, तू जाल विच इस तरह दिखाई कि जिमें तू मरिया हुआ है, अपने सह रोक ली, अपने शरीर को ढीला छड़ दी, इंज लगेगा भी तू मरिया हुआ है, तो किसान तेनों मरिया हुआ समझ के छड़ देगा तो फिर तू भज ली। ठीक है, तो फिर किसान ज कां जिहड़ा आपसी वह थोड़ी दूर किसी पेड़ के उपर बैठे आ, उन्हें जिमें ही देखा कि किसान आ रहा तो उसनू इशारा करके दसता, तो उन्हें अपनी बॉडी में इस तरह बना लिया कि जिमें मरिया हुआ है। ठीक है, मरिया हुआ शो किया तो किसान ने देखा भी हिरन मरिया हुआ है, उसने जिमें ही एक पासे का जाल कट्टिया वो दूसरे पासे का जाल कट्टन लग्या, तो हिरन जिहड़ा सी एकदम भज के बाहर चला गया। तो फिर किसान नू बहुत गुस्सा आया, किसान नू इंज लग्या कि हुण इहने मेरे नाल धोखा किया, तो उसने किसान ने गुस्से विच डांग जिहड़ी सी वह वगा के हिरन के पिछे मारी, हिरन तो टप गया पर जिहड़ी वह डांग सी वह गिद्दड़ दे सिर च जा वज्जी, तो गिद्दड़ उत्थे ही ढेर हो गया, मतलब मर गया। कां ने फिर उच्ची सारी आवाज़ में पुकारिया, मित्रां दी जय दुष्ट दुखी दी खै, भी मित्रां दी सदा ही जय होंदी है। ठीक है बेटा, मैं तुहानूं इह वाले क्वेश्चन है ना थोड़े दोबारा सेंड करांगी ना, उदों तुसीं राइट एंड लर्न कर लेना। ओके, थैंक यू।